welcom to punjabi education ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਅਸੀਂ ਕਰ ਰਹੇ ਸੀ ਕਿੱਸਾ ਕਾ ਪਹਿਲੀ ਸਦੀ ਦੇ ਕਿੱਸਾ ਕਰ ਜਿਹੜਾ ਉਹ ਸੀ ਕਰ ਲਈ ਸੀ ਤੇ ਦੂਜੀ ਸਦੀ ਦਾ ਜਿਹੜਾ ਕਿੱਸਾ ਕਰ ਮੁਕਬਲ ਬਾਰੇ ਵੀ ਅਸੀਂ ਲਾਸਟ ਵੀਡੀਓ ਵਿੱਚ ਗੱਲ ਕੀਤੀ ਸੀ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀਆ ਤਾਂ ਉਹਨਾਂ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਅਸੀਂ ਕਰਾਂਗੇ ਦੂਜੀ ਸਦੀ ਦਾ ਕਿੱਸਾ ਕਾਰ ਵਾਰਿਸ ਸ਼ਾ ਵਾਰਿਸ ਸ਼ਾ ਸੀ ਜਿਹੜਾ ਪੰਜਾਬੀ ਕਿੱਸਾ ਕਾਵਿ ਪਰੰਪਰਾ ਵਿੱਚ ਗਿਆ ਸ਼੍ਰੋਮਣੀ ਸਥਾਨ ਰੱਖਦਾ ਹੈ ਵੈਸੇ ਤਾਂ ਹੀਰ ਰਾਂਝੇ ਦਾ ਕਿੱਸਾ ਲਿਖਣ ਦੀ ਪੈਲ ਸੀ ਜਿਹੜਾ ਮੱਧਕਾਲੀ ਕਿੱਸਾ ਕਾਰ ਦਮੋਦਰ ਨੇ ਕੀਤੀ ਸੀ ਪਰ ਜਿਹੜਾ ਵਾਰਿਸ ਸ਼ਾ ਦੇ ਕਿਸੇ ਦੇ ਨਾਲ ਜਿਹੜਾ 18ਵੀਂ ਸਦੀ ਵਿੱਚ ਕਿੱਸਾ ਕਾਵ ਜਿਹੜਾ ਆਪਣੇ ਸਿਖਰ ਤੇ ਪਹੁੰਚ ਜਾਂਦਾ ਹੈ ਵਾਰਿਸ ਤੋਂ ਪਹਿਲਾਂ ਵੀ ਜਿਹੜਾ ਹੀਰ ਦਾ ਕਿੱਸਾ ਲਿਖਿਆ ਗਿਆ ਤੇ ਉਸ ਦੇ ਪਾਰਕਲੀ ਕਿੱਸਾਕਾਰਾਂ ਨੇ ਵੀ ਹੀਰ ਦਾ ਕਿੱਸਾ ਲਿਖਿਆ ਪਰ ਜੋ ਕਿੱਸਾ ਵਾਰਿਸਾ ਨੇ ਰਚਿਆ ਉਸ ਦੀ ਕਾਵਕਲਾ ਤੱਕ ਕੋਈ ਵੀ ਨਹੀਂ ਪਹੁੰਚ ਸਕਿਆ ਕਿਹਾ ਜਾਂਦਾ ਹੈ ਕਿ ਉਸ ਨੇ ਹੀਰ ਦੀ ਚਿਰਾਂ ਤੋਂ ਚੱਲੀ ਆ ਰਹੀ ਲੋਕ ਕਹਾਣੀ ਨੂੰ ਵਾਰਿਸ ਦੀ ਹੀਰ ਬਣਾ ਕੇ ਅਮਰ ਕਰ ਦਿੱਤਾ ਇਸ ਤੋਂ ਬਾਅਦ ਜਿਹੜਾ ਵਾਰਿਸ ਦੇ ਕਿੱਸੇ ਦੀ ਆਰੰਭ ਵਿੱਚ ਇਸ਼ਕ ਨੂੰ ਜਗ ਦਾ ਮੂਲ ਮੰਨਿਆ ਤੇ ਇਸ ਨੂੰ ਆਦਰਸ਼ ਰੂਪ ਦਿੱਤਾ ਤੇ ਇਸ ਤਰ੍ਹਾਂ ਆਪਣੇ ਕਿਸੇ ਦਾ ਆਰੰਭ kia ਇੱਕ ਮੰਗਲਾ ਚਰਨ ਦੇ ਨਾਲ ਕਰਦਾ ਉਹ ਕਹਿੰਦਾ ਅਵਲ ਹਮਦ ਖੁਦਾ ਦਾ ਵਿਰਧ ਕੀਜੀ ਇਸ਼ਕ ਕੀਤਾ ਸੋ ਜਗ ਦਾ ਮੂਲ ਮੀਆਂ ਪਹਿਲਾ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਸ਼ੂਕ ਹੈ ਨਬੀ ਰਸੂਲ ਮੀਆਂ ਤੇ ਇਸ ਤੋਂ ਬਾਅਦ ਜਿਹੜਾ ਵਾਰਿਸ ਸਾਹ ਦੇ ਜਨਮ ਤੇ ਮੌਤ ਬਾਰੇ ਜਿਹੜੀ ਆ ਕੋਈ ਸਹੀ ਜਾਣਕਾਰੀ ਨਹੀਂ ਮਿਲਦੀ ਪਰ ਫਿਰ ਵੀ ਜਿਹੜਾ ਉਸ ਦਾ ਜਨਮ 1722ਵੀ ਦੇ ਵਿੱਚ ਜੰਡਿਆਲਾ ਸ਼ੇਰ ਖਾਨ ਸ਼ੇਖੂਪੁਰਾ ਪੰਜਾਬ ਦੇ ਵਿੱਚ ਹੁਣ ਕਿੱਥੇ ਆ ਪਾਕਿਸਤਾਨ ਦੇ ਵਿੱਚ ਹੈ ਤੇ ਜਿਹੜੀ ਉਹਦੀ ਮੌਤ ਸੀ ਉਹ 1798 ਦੇ ਵਿੱਚ ਮਲਿਕਾ ਹਾਸ ਪਾਕਪਟਨ ਪੰਜਾਬ ਤੇ ਇਹ ਵੀ ਹੁਣ ਪਾਕਿਸਤਾਨ ਦੇ ਵਿੱਚ ਹੈ ਉੱਥੇ ਹੋਈ ਸੀ ਦੀ ਵਾਰਿਸ਼ਾ ਦਾ ਜਿਹੜਾ ਮੁਰਸ਼ਦ ਸੀ ਉਹਨਾਂ ਦਾ ਨਾਮ ਸੀ ਮਹੀਉਦੀਨ ਮਕਦੂਮ ਕਸੂਰੀ ਮਾਸਟਰ ਕੈਟਰ ਦੇ ਲਈ ਹੋਜੀ ਕੁਐਸਚਨ ਜਿਹੜੀ ਇੰਪੋਰਟੈਂਟ ਆ ਜਿਵੇਂ ਜਨਮ ਕਿੱਥੇ ਹੋਇਆ ਮੌਤ ਕਦੋਂ ਹੋਈ ਕਿੱਥੇ ਹੋਈ ਤੇ ਮੁਰਸ਼ਦ ਕਿਹੜਾ ਸੀ ਇਸ ਤੋਂ ਬਾਅਦ ਜਿਹੜਾ ਵਾਰਿਸ਼ਾ ਨੇ ਆਪਣਾ ਕਿੱਸਾ ਸੀ ਦੋਸਤਾਂ ਦੇ ਕਹਿਣ ਤੇ ਲਿਖਿਆ ਆਪਣੇ ਕਿੱਸੇ ਦੇ ਵਿੱਚ ਕਹਿੰਦਾ ਹੁਕਮ ਮੰਨ ਕੇ ਸੱਜਣਾ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਮੈਂ ਤੇ ਇਹ ਕਿੱਸਾ ਉਸਨੇ ਹੀ ਰਾਂਝਾ 1180 ਹਿਜਰੀ ਜਾਂ ਮਤਲਬ 1766 ਈਸਵੀ ਦੇ ਵਿੱਚ ਜਿਹੜਾ ਵਿਸਥਾਰ ਦੇ ਵਿੱਚ ਲਿਖਿਆ ਸੀ ਇਸ ਤਰ੍ਹਾਂ ਜਿਹੜਾ ਵਾਰਿਸ ਸ਼ਾਹ ਸੀ ਉਸਨੇ ਆਪਣਾ ਕਿੱਸਾ ਕੀਤਾ ਵਿਸਤ੍ਰਿਤ ਸ਼ੈਲੀ ਦੇ ਵਿੱਚ ਲਿਖਿਆ ਸੀ ਉਹ ਕੋਈ ਵੀ ਗੱਲ ਆ ਉਹਨੂੰ ਸੰਖੇਪਤਾ ਵਿੱਚ ਤਾਂ ਕਹਿੰਦਾ ਹੀ ਨਹੀਂ ਛੋਟੀ ਜੀ ਗੱਲ ਨੂੰ ਵੀ ਉਹ ਪੂਰੇ ਵਿਸਤਾਰ ਸਾਇ ਤੇ ਬਿਆਨ ਕਰਦਾ ਹੈ ਜਿੱਥੇ ਜਿਹੜਾ ਦਮੋਦਰ ਜਿਹੜਾ ਹੀਰ ਨੂੰ 10 8 10 17 ਵਿੱਚ ਕੋਈ ਵੀ ਗੱਲ ਨੂੰ ਪੇਸ਼ ਕਰਦਾ ਹੈ ਉੱਥੇ ਵਾਰਿਸ ਵੀਤੀ ਤੁਕਾਂ ਦੇ ਵਿੱਚ ਉਸੇ ਗੱਲ ਨੂੰ ਕੀ ਹੈ ਬਿਆਨ ਕਰਦਾ ਹੈ ਇਸ ਤਰ੍ਹਾਂ ਦਾ ਮੋਦਰ ਸੀ ਜਿਹੜਾ ਉਸਨੇ ਹੀਰ ਦਾ ਕਿੱਸਾ ਲਿਖਿਆ ਸੀ ਸੂਤਰੀ ਕਸ਼ਾਲੀ ਵਿੱਚ ਤੇ ਜਿਹੜਾ ਵਾਰਿਸ਼ ਆ ਉਸਨੇ ਕੀ ਲਿਖਿਆ ਵਿਸਤ੍ਰਿਤ ਸ਼ਾਲੀ ਦੇ ਵਿੱਚ ਆਪਣਾ ਕਿੱਸਾ ਜਿਹੜਾ ਲਿਖਿਆ ਸੀ ਇਸ ਤੋਂ ਬਾਅਦ ਜਿਹੜਾ ਹੀਰ ਦਾ ਕਿੱਸਾ ਬੈਂਤ ਛੰਦ ਦੇ ਵਿੱਚ ਲਿਖਿਆ ਮਿਲਦਾ ਹੈ ਤੇ ਵਾਰਿਸ਼ਾ ਦੀ ਹੀਰ ਜਿਹੜੀ ਹੈਗੀ ਹੈ 611 ਬੰਦ ਹਨ ਇਸ ਤੋਂ ਇਲਾਵਾ ਉਹਨਾਂ ਦੇ ਵਿੱਚ ਸ਼ਿੰਗਾਰ ਰਸ ਕਰੋਨਾ ਰਸ ਰੋਧ ਰਸ वीरस हासरस ਅਤੇ ਅਦਭੁਤ ਰਸਾਂ ਦਾ ਸੁਮੇਲ ਹੈ ਤੇ ਹੀਰਵਾਰਿਸ ਦੇ ਕਿੱਸੇ ਦਾ ਇੰਨਾ ਹਰਮਨ ਪਿਆਰਾ ਹੋਣ ਦਾ ਕਾਰਨ ਵਾਰਿਸ ਵੱਲੋਂ ਵਰਤੀ ਗਈ ਬੋਲੀ ਮੁਹਾਵਰੇਦਾਰ ਸਰਲ ਤੇ ਠੇਠ ਹੈ ਤੇ ਉਹ ਹਰ ਵੱਡੇ ਤੇ ਕੋਮਲ ਭਾਵ ਨੂੰ ਪ੍ਰਗਟਾਉਣ ਦੀ ਕੀ ਯੋਗਤਾ ਰੱਖਦਾ ਹੈ ਉਸਨੇ ਲੋੜ ਅਨੁਸਾਰ ਇਸ ਵਿੱਚ ਅਰਬੀ ਫਾਰਸੀ ਦੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੈ ਤੇ ਉਸ ਦੀ ਭਾਸ਼ਾ ਉੱਪਰ ਲੈਣ ਦੀ ਭਾਸ਼ਾ ਦਾ ਵੀ ਬਹੁਤ ਅਸਰ ਹੈ ਵਾਰਿਸ ਸ਼ਾਹ ਨੇ ਭਾਵੇਂ ਅਰਬੀ ਫਾਰਸੀ ਦੇ ਕਈ ਸ਼ਬਦਾਂ ਦੀ ਵਰਤੋਂ ਕੀਤੀ ਹੈ ਤਤਸਮ ਤੇ ਤਦਭਵ ਰੂਪ ਦੇ ਵਿੱਚ ਪਰ ਉਹ ਉਸ ਦੇ ਕਿਸੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਰੜਕਦੇ ਨਹੀਂ ਹੈ ਬਲਕਿ ਉਹ ਉਹਨਾਂ ਨੂੰ ਇੱਕ ਸਜੇ ਢੰਗ ਦੇ ਨਾਲ ਕੀ ਆਪਣੇ ਕਿਸੇ ਦੇ ਵਿੱਚ ਪੇਸ਼ ਕੀਤਾ ਹੈ ਤੇ ਇਸ ਤੋਂ ਬਾਅਦ ਜਿਹੜਾ ਉਸ ਦੇ ਸ਼ਬਦਾਂ ਵਿੱਚ ਸੰਗੀਤਕ ਅੰਸ਼ ਹੈ ਜੂਸ ਦੁਆਰਾ ਵਰਤੇ ਗਏ ਸ਼ਬਦਾਂ ਨੂੰ ਅਖੌਤਾਂ ਜਾਂ ਮੁਹਾਵਰਿਆਂ ਦਾ ਸਥਾਨ ਬਖਸ਼ਦੇ ਆ ਤੇ ਇਸੇ ਲਈ ਵਾਰਿਸ਼ਾ ਦੀਆਂ ਜਿਹੜੀਆਂ ਕਈ ਕਹਾਵਤਕਾਂ ਨੇ ਆਮ ਲੋਕਾਈ ਦੇ ਮੂੰਹ ਤੇ ਚੜ ਗਈਆਂ ਤੇ ਇਹਨਾਂ ਤੁਕਾਂ ਨੂੰ ਕੀ ਹੈ ਵਾਰਿਸ਼ਾ ਦੇ ਅਖਾਣ ਕਿਹਾ ਜਾਂਦਾ ਜਿਵੇਂ ਵਾਰਿਸ਼ਾ ਨਾ ਆ ਤਾਂ ਜਾਂਦੀਆਂ ਨੇ ਆਗੂ ਕੀ ਹੈ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਦੂਜੀ ਤੁਕ ਵੀ ਤੁਸੀਂ ਪੂਰੀ ਕਰਿਓ ਵਾਰਿਸ਼ਾ ਛਪਾਈਏ ਜੱਗ ਕੋਲੋਂ ਤੇ ਚਲੋ ਤੀਸਰੀ ਮੈਂ ਪੂਰੀ ਕਰ ਦਿੰਨੀ ਆ ਵਾਰਿਸ਼ਾ ਨਾ ਭੀਤ ਸੰਦੂਖ ਕੋਲੇ ਭਾਵੇਂ ਜਾਨ ਦਾ ਜਿੰਦਰਾ ਟੁੱਟ ਜਾਵੇ ਇਸ ਤੋਂ ਅਗਲਾ ਵਾਰਿਸ਼ਾ ਇਸ਼ਕ ਦੇ ਵਨਜ ਵਿੱਚੋਂ ਕਿਸੇ ਪੱਲੇ ਨਾ ਬੱਦੀ ਦੰਮੜੀ ਐ ਤੇ ਫਿਰ ਹੈਗਾ ਵਾਰਿਸ਼ਾ ਗੰਨਾ ਹੈ ਜੱਗ ਸਾਰਾ ਮਜੀ ਲੈ ਲੈ ਪੋਰੀਆਂ ਪੋਰੀਆਂ ਦੀ ਇਸ ਤੇ ਅਮਲ ਵੀ ਕਰਿਓ ਕਿ ਜਿਹੜੀ ਜ਼ਿੰਦਗੀ ਆ ਬਹੁਤ ਉਹਦਾ ਇੱਕ ਇੱਕ ਪਲ ਬਹੁਤ ਕੀਮਤੀ ਆ ਹਰ ਪਲ ਨੂੰ ਇੰਜੋਏ ਕਰੋ ਐਮ ਫਾਲਤੂ ਦੀਆਂ ਟੈਨਸ਼ਨਾਂ ਨਾਲ ਨਿਆ ਕਰੋ ਇੰਨਾ ਵੀ ਇੰਜੋਏ ਕਰਨ ਲੱਗ ਜਾਣਾ ਕਿ ਪੜ੍ਹਨਾ ਲਿਖਣਾ ਹੀ ਭੁੱਲ ਜਾਓ ਪੜਾਈ ਵੀ ਕਰੋ ਤੇ ਨਾਲ-ਨਾਲ ਕੀ ਹੈ ਜ਼ਿੰਦਗੀ ਦਾ ਆਨੰਦ ਵੀ ਮਾਣੋ ਇਸ ਤੋਂ ਬਾਅਦ ਜਿਹੜਾ ਵਾਰਿਸ਼ਾ ਦੇ ਕਿਸੇ ਦੇ ਬਾਰੇ ਵੱਖ-ਵੱਖ ਜਿਹੜੇ ਆ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਆ ਜਿਵੇਂ ਡਾਕਟਰ ਮੋਨ ਸਿੰਘ ਅਨੁਸਾਰ ਵਾਰਿਸ਼ ਨੇ ਕਿਸੇ ਸਸੀ ਪੁੰਨੂ ਅਤੇ ਕੁਝ ਸ਼ੀ ਹਰਫੀਆਂ ਵੀ ਲਿਖੀਆਂ ਨੇ ਤੇ ਜਿਹੜਾ ਬਨਾਰਸੀ ਦਾ ਸੀ ਉਸ ਨੇ ਆਪਣੇ ਇੱਕ ਲੇਖ ਦੇ ਵਿੱਚ ਵਾਰਿਸਾਂ ਨੂੰ ਸੰਸਕ੍ਰਿਤੀ ਦੇ ਕਵੀ ਕਾਲੀਦਾਸ ਦੇ ਨਾਲ ਤੁਲਨਾ ਆਇਆ ਸੀ ਮਤਲਬ ਉਹ ਆਪਣੇ ਲੇਖ ਦੇ ਵਿੱਚ ਦੱਸਦਾ ਹੈ ਕਿ ਜਿੰਨੀ ਪ੍ਰਸਿੱਧੀ ਕਾਲੀਦਾਸ ਨੂੰ ਇੱਕ ਦਰਜਨ ਮਤਲਬ ਲਿਖ ਤਾਂ ਲਿਖ ਕੇ ਪ੍ਰਾਪਤ ਹੋਈ ਸੀ ਉੰਨੀ ਉਸਨੇ ਵਾਰਿਸਾਂ ਨੇ ਇੱਕ ਕਿਸੇ ਕਰਕੇ ਹੀ ਪ੍ਰਾਪਤ ਕਰ ਲਈ ਸੀ ਤੇ ਡਾਕਟਰ ਅਤਰ ਸਿੰਘ ਦੇ ਅਨੁਸਾਰ ਜਿਹੜਾ ਵਾਰਿਸ ਤੇ ਕਿਸੇ ਦੀ ਹੀਰ ਦੇ ਪ੍ਰਸਿੱਧ ਹੋਣ ਦਾ ਮੁੱਖ ਕਾਰਨ ਉਸ ਦੀ ਝਗੜੇ ਦੀ ਸ਼ੈਲੀ ਵਿੱਚ ਲਿਖਿਆ ਹੋਣਾ ਹੈ ਤੇ ਆਧੁਨਿਕ ਕਵੀ ਵਿਦਾਤਾ ਸਿੰਘ ਤੀਰ ਨੇ ਵਾਰਿਸ ਸ਼ਾਹ ਨੂੰ ਬੋਲੀ ਦਾ ਵਾਰਿਸ ਕਿਹਾ ਇਸ ਤਰ੍ਹਾਂ ਕਈ ਵਾਰੀ ਪ੍ਰਸ਼ਨ ਪੁੱਛ ਵੀ ਲੈਂਦੇ ਆ ਕਿ ਵਾਰਿਸ ਸ਼ਾਹ ਨੂੰ ਬੋਲੀ ਦਾ ਵਾਰਿਸ ਕਿਸ ਨੇ ਕਿਹਾ ਤਾਂ ਉਹ ਕੀ ਹੈ ਵਿਦਾਤਾ ਸਿੰਘ ਤੀਰ ਇਸ ਤੋਂ ਬਾਅਦ ਸ਼ਿਲਪੇ ਦੀ ਐਨਸਾਈਕਲੋਪੀਡੀਆ ਆਫ ਵਰਲਡ ਲਿਟਰੇਚਰ ਵਿੱਚ ਉਸ ਨੂੰ ਪੰਜਾਬ ਦਾ ਸਭ ਤੋਂ ਵੱਡਾ ਕਵੀ ਤੇ ਉਸ ਦੀ ਹੀਰ ਨੂੰ ਪੰਜਾਬ ਦੀ ਸਰਵੋਤਮ ਸਾਇਤਿਕ ਰਚਨਾ ਮੰਨਿਆ ਗਿਆ ਹੈ ਤੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਜਿਵੇਂ ਬੋਲੀ ਦਾ ਵਾਰਿਸ ਕਿੰਨੇ ਕਿਹਾ ਵਿਦਾਤਾ ਸਿੰਘ ਤੀਰਨੇ ਤੇ ਕਾਲੀਦਾਸ ਦੇ ਨਾਲ ਕਿਸ ਨੇ ਤੁਲਨਾ ਆਸੀ ਤਾਂ ਉਹ ਸੀ ਬਨਾਰਸੀ ਦਾਸ ਨੇ ਇਸ ਤੋਂ ਅੱਗੇ ਹੈ ਸ਼ੈਫਲ ਮਲੂਕ ਜਿਹੜਾ ਵਾਰਿਸਾਂ ਨੂੰ ਸੁਖੰਦ ਦਾ ਵਾਰਿਸ ਕਹਿੰਦਾ ਹੈ ਤੇ ਵਾਰਿਸਾ ਸੁਖੰਦ ਦਾ ਵਾਰਿਸ ਨਿੰਦੇ ਕੌਣ ਉਹਨਾਂ ਨੂੰ ਹਰਫ ਉਹਨਾਂ ਦੀ ਉਂਗਲ ਧਰਨੀ ਕਦਰ ਅਸਾਂ ਨੂੰ ਸੌਰੀ ਨਾ ਹੀ ਕਦਰ ਅਸਾਨੂੰ ਤੇ ਇਸ ਤਰ੍ਹਾਂ ਦੀਆਂ ਕਈ ਵਾਰੀ ਤੁਕਾਂ ਵੀ ਜਿਹੜਾ ਪੇਪਰ ਦੇ ਵਿੱਚ ਪੁੱਛ ਲੈਂਦੇ ਆ ਕਿ ਇਹ ਤੁਗਾ ਕਿੰਦੀਆਂ ਤੇ ਵਾਰਿਸਾ ਦਾ ਨਾਮ ਵੇਖ ਕੇ ਵਾਰਿਸਾ ਤੇਰੇ ਡਿੱਕਰ ਨੇ ਕਿੰਦੀਆਂ ਤੁਕਾਂ ਨੇ ਸ਼ਾਫਲ ਮਲੂਕ ਦੀਆਂ ਇਸ ਤੋਂ ਬਾਅਦ ਜਿਹੜਾ ਵਾਰਿਸਾ ਦੀ ਕਿਸੇ ਦਾ ਅੰਤ ਕੀ ਹੈ ਦੁਖਾਂਤਕ ਪਰ ਫਿਰ ਵੀ ਹੀਰ ਰਾਂਝੇ ਦੀ ਪ੍ਰੇਮ ਕਥਾ ਪੰਜਾਬੀਆਂ ਦੀਆਂ ਪ੍ਰੇਮ ਕਹਾਣੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਹਰਮਨ ਪਿਆਰੀ ਹੋਈ ਵਾਰਿਸ ਦੀ ਹੀਰ ਤੋਂ ਪ੍ਰਭਾਵਿਤ ਹੋ ਕੇ ਉਸ ਤੋਂ ਬਾਅਦ ਵਾਲੇ ਸਾਰੇ ਕਿਸਤਕਾਰਾਂ ਨੇ ਲਗਭਗ ਜਿਹੜਾ ਹੀਰ ਦਾ ਕਿੱਸਾ ਲਿਖਿਆ ਸੀ ਪਰ ਜਿੰਨੀ ਪ੍ਰਸਿੱਧੀ ਵਾਰਿਸਾ ਨੂੰ ਹੀਰ ਦੇ ਕਿੱਸੇ ਕਰਕੇ ਮਿਲੀਆਂ ਬਾਕੀ ਕੋਈ ਵੀ ਕਿਸਾਨਕਾਰ ਓਨੀ ਪ੍ਰਸਿੱਧੀ ਨਹੀਂ ਪ੍ਰਾਪਤ ਕਰ ਸਕਿਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਥੈਂਕ ਯੂ